ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲੇਟਿਨ ਲੈ ਕੇ ਹਾਜ਼ਰਾਂ ਜੀ ਇਸ ਵੀਡੀਓ ਦੇ ਵਿੱਚ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਜਾਏਗੀ ਤੁਹਾਨੂੰ ਰਿਕੁਐਸਟ ਹੈ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਜੇਕਰ ਤੁਸੀਂ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਵਾਲਾ ਬਟਨ ਨੱਪ ਕੇ ਕਰ ਲਓ ਨਾਲ ਘੰਟੀ ਵਾਲਾ ਬਟਨ ਜ਼ਰੂਰ ਨੱਪ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦੀ ਸੂਚਨਾ ਸਭ ਤੋਂ ਪਹਿਲਾਂ ਮਿਲ ਸਕੇ ਔਰ ਵੀਡੀਓ ਨੂੰ ਲਾਈਕ ਕਰ ਦਿਓ ਜੀ ਆਪਾਂ 5500 ਦਾ ਲਾਈਕ ਇਸ ਵੀਡੀਓ ਦੇ ਉੱਪਰ ਰੱਖਦੇ ਆਂ ਪਹਿਲੀ ਖਬਰ ਆ ਰਹੀ ਹੈ ਜੀ ਵੀਡੀਓ ਕਾਨਫਰੰਸ ਰਾਹੀਂ ਦੇਸ਼ ਦੇ ਸਰਪੰਚਾਂ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ ਗੱਲਬਾਤ ਪੰਚਾਇਤੀ ਰਾਜ ਦਿਵਸ ਅੱਜ ਤੇ ਪੰਚਾਇਤੀ ਰਾਜ ਦਿਹਾੜੇ ਮੌਕੇ ਸ਼ੁੱਕਰਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਰਪੰਚਾਂ ਨਾਲ ਗੱਲ ਕਰ ਰਹੇ ਹਨ ਤੇ ਪੰਚਾਇਤੀ ਰਾਜ ਮੰਤਰੀ ਨਰਿੰਦਰ ਸਿੰਘ ਤੋਮਰ ਵੀ ਇਸ ਦੇ ਵਿੱਚ ਸ਼ਾਮਲ ਹੋਏ ਉਹਨਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਅੱਜ ਦੋ ਪ੍ਰੋਗਰਾਮਾਂ ਦੀ ਸ਼ੁਰੂਆਤ ਕਰਨਗੇ ਜਿਸ ਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਰਪੰਚ ਆਪਣੇ ਘਰ ਦੇ ਨੇੜੇ ਮੌਜੂਦ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਪ੍ਰਧਾਨ ਮੰਤਰੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ ਕੇਂਦਰੀ ਰਾਜ ਮੰਤਰਾਲੇ ਅਤੇ ਇਸ ਨੇ ਇਸ ਦੀ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਤੇ ਮੰਤਰਾਲੇ ਨੇ ਦੱਸਿਆ ਕਿ 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤ ਰਾਜ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇਸ਼ ਦੀਆਂ ਵੱਖ-ਵੱਖ ਗ੍ਰਾਮ ਪੰਚਾਇਤਾਂ ਨੂੰ ਵੀਡੀਓ ਕਾਨਫਰencing ਦੇ ਰਾਹੀਂ ਸੰਬੋਧਨ ਕਰਨਗੇ ਸੋ ਅਗਲੀ ਖਬਰ ਆ ਰਹੀ ਹੈ ਜੀ ਸੂਰਜ ਦੀ ਰੌਸ਼ਨੀ ਤੇ ਗਰਮ ਮੌਸਮ 'ਚ ਕੋਰੋਨਾ ਵਾਇਰਸ ਦੇ ਜੀਵਤ ਰਹਿਣ ਦੀ ਸੰਭਾਵਨਾ ਅਮਰੀਕੀ ਰਿਸਰਚ ਦਾ ਦਾਵਾ ਸੋ ਵੱਡੀ ਖਬਰ ਆ ਰਹੀ ਹੈ ਜੀ ਵਾਇਰਸ ਨੂੰ ਲੈ ਕੇ ਸੂਰਜ ਦੀ ਗਰਮੀ ਅਤੇ ਗਰਮ ਤੇ ਹੂਮਸ ਭਰੇ ਮੌਸਮ ਚ ਕਰੋਨਾ ਵਾਇਰਸ ਦਾ ਜੀਵਤ ਰਹਿਣ ਦੀ ਸੰਭਾਵਨਾ ਘੱਟ ਹੈ ਇਹ ਠੰਡ ਅਤੇ ਸੁੱਕੇ ਮੌਸਮ ਦੇ ਉਲਟ ਹੈ ਜਿੱਥੇ ਵਿਚਾਣੂ ਲੰਬੇ ਸਮੇਂ ਦੇ ਲਈ ਜਿਉਂਦਾ ਹੈ ਅਮਰੀਕਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਰਿਪੋਰਟ ਚ ਇਹ ਦਾਵਾ ਕੀਤਾ ਗਿਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਇਸ ਦੀ ਜਾਣਕਾਰੀ ਦਿੱਤੀ ਤੇ ਪੂਰੇ ਵਿਸ਼ਵ ਚ ਫੈਲੀ ਮਹਾਮਾਰੀ ਦੌਰਾਨ ਇਹ ਭਾਰਤ ਵਰਗੇ ਦੇਸ਼ ਦੇ ਲਈ ਦੇ ਲਈ ਇਹ ਬਹੁਤ ਵਧੀਆ ਖਬਰ ਆ ਜੀ ਜਿੱਥੇ ਗਰਮੀ ਦਾ ਮੌਸਮ ਰਹਿੰਦਾ DHS ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਰਾਸ਼ਟਰਪਤੀ 트ੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੇ ਗਰਮ ਵਾਤਾਵਰਨ 'ਚ ਜੀਵਤ ਰਹਿਣ ਦੀ ਸੰਭਾਵਨਾ ਘੱਟ ਹੈ ਤੇ ਇਹ ਠੰਡ ਅਤੇ ਖੁਸ਼ਕ ਦੇ ਮੌਸਮ ਦੇ ਉਲਟ ਹੈ ਜਿੱਥੇ ਇਹ ਵਾਇਰਸ ਲੰਬੇ ਸਮੇਂ ਤੱਕ ਰਹਿੰਦਾ ਹੈ ਵਾਈਟ ਹਾਊਸ ਦੀ ਪ੍ਰੈਸ ਕਾਨਫਰੰਸ 'ਚ 트ੰਪ ਨੇ ਕਿਹਾ ਕਿ ਵਿਗਿਆਨੀਆਂ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਤੋਂ ਇਹ ਜਾਣਕਾਰੀ ਮਿਲੀ ਸੋ ਇਸ ਦੇ ਲਈ ਹੁਣ ਤੱਕ ਦੁਨੀਆ ਦੇ ਵਿੱਚ ਕੋਰੋਨਾ ਵਾਇਰਸ ਤੋਂ 26 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ ਵਿਸ਼ਵ ਵਿਦਿਆਲਾ ਦੇ ਡਾਟੇ ਅਨੁਸਾਰ ਇਕੱਲੇ ਅਮਰੀਕਾ ਦੇ ਵਿੱਚ 8,60,000 ਮਾਮਲੇ ਸਾਹਮਣੇ ਆਏ ਹਨ ਅਤੇ 50,000 ਦੇ ਕਰੀਬ ਲੋਕਾਂ ਦੀ ਮੌਤ ਹੋ ਗਈ ਹੈ ਜੇ ਜੇ ਭਾਰਤ ਦੀ ਗੱਲ ਕਰੀਏ ਤਾਂ 23,000 ਤੱਕ ਅੰਕੜਾ ਇਨਫੈਕਟਡ ਲੋਕਾਂ ਦਾ ਜਿਹੜਾ ਵਾਇਰਸ ਦੇ ਨਾਲ ਪਹੁੰਚ ਗਿਆ ਸੋ ਇੱਥੇ ਸਾਡੇ ਸ਼ਰੋਤਿਆਂ ਲਈ ਸਵਾਲ ਹੈ ਜੇ ਅਮਰੀਕਾ ਦਾ ਇਹ ਦਾਵਾ ਸੱਚ ਹੁੰਦਾ ਕਿ ਮੌਸਮ ਗਰਮੀ ਦੇ ਮੌਸਮ ਦੇ ਨਾਲ ਸੂਰਜ ਦੀ ਗਰਮੀ ਅਤੇ ਗਰਮ ਮੌਸਮ ਦੇ ਨਾਲ ਵਾਇਰਸ ਦੇ ਜੀਵਤ ਰਹਿਣ ਦੀ ਸੰਭਾਵਨਾ ਘੱਟ ਅਤੇ ਤੁਹਾਨੂੰ ਇਹ ਖਬਰ ਸੁਣ ਕੇ ਤੁਹਾਡੀ ਇਸ ਖਬਰ ਤੇ ਕੀ ਪ੍ਰਤੀਕਿਰਿਆ ਕੀ رائے ਕੀ ਐਦਾਂ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਸੋ ਸ਼੍ਰੋਤੇ ਵੀਰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਅਮਰੀਕਾ 'ਚ ਕੋਰੋਨਾ ਦੇ ਨਾਲ ਮੌਤਾਂ ਦਾ ਅੰਕੜਾ 50 ਹਜ਼ਾਰ ਤੋਂ ਪਾਰ ਤੇ 24 ਘੰਟਿਆਂ ਦੌਰਾਨ 3176 ਲੋਕਾਂ ਦੀ ਗਈ ਜਾਨ ਲੁਧਿਆਣਾ ਤੋਂ ਖਬਰ ਆ ਰਹੀ ਆ ਜੀ ਵੱਡੀ ਖਬਰ ਇਸ ਵੇਲੇ ਲੁਧਿਆਣਾ ਦੀ ਆ ਜੀ 72 ਸਾਲਾ ਬਜ਼ੁਰਗ ਨੇ कोरोना ਨੂੰ ਦਿੱਤੀ ਮਾਤ ਸੋ ਉੰਜ ਤਾਂ ਵਾਇਰਸ ਤੇ ਵੱਡੇ ਅਤੇ ਛੋਟੇ ਜਮਾਨ ਹਰੇਕ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ ਪਰ ਇਸ ਦੇ ਇਨਫੈਕਸ਼ਨ ਦਾ ਵਧੇਰੇ ਡਰ ਬਜ਼ੁਰਗਾਂ ਨੂੰ ਹੈ ਕਿਉਂਕਿ ਉਹਨਾਂ ਦੀ ਰੋਗ ਰੋਗ ਰੋਕੂ ਸਮਰੱਥਾ ਯਾਨੀ ਕਿ ਇਮਿਊਨਿਟੀ ਘਟ ਹੁੰਦੀ ਜਿਸ ਕਰਕੇ ਉਹਨਾਂ ਦੇ ਠੀਕ ਹੋਣ ਦੇ ਅਸਾਰ ਘਟ ਹੁੰਦੇ ਹਨ ਪਰ ਇੱਕ 72 ਸਾਲਾ ਬਜ਼ੁਰਗ सुरेंद्र ਕੌਰ ਨੇ করোনা ਨੂੰ ਹਰਾ ਕੇ ਇਹ ਸਿੱਧ ਕਰ ਦਿੱਤਾ ਕਿ ਕੋਈ ਵੀ ਵਾਇਰਸ ਉਹਨਾਂ ਦੀ ਮਜ਼ਬੂਤ ਇੱਛਾ ਸ਼ਕਤੀ ਤੋਂ ਵੱਡਾ ਨਹੀਂ ਫਿਰ ਉਸ ਦੇ ਅੱਗੇ ਉਮਰ ਦਾ ਕੋਈ ਗੱਲ ਨਹੀਂ ਸੋ ਡੇਰਾ ਮੁਖੀ ਸਿਰਸਾ ਨੂੰ ਪੈਰੋਲ ਤੇ ਰਿਹਾ ਕਰਵਾਉਣ ਦੀ ਹਰਿਆਣਾ ਸਰਕਾਰ ਦੀ ਯੋਜਨਾਬੰਦ ਦਾ ਯੋਜਨਾ ਦਾ ਜਥੇਦਾਰ ਦੇ ਵੱਲੋਂ ਵਿਰੋਧ ਸੋ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ ਡੇਰਾ ਸਿਰਸੀ ਮੁਖੀ ਨੂੰ ਪੈਰੋਲ ਤੇ ਰਿਹਾ ਕਰਵਾਉਣ ਦੀ ਹਰਿਆਣਾ ਸਰਕਾਰ ਦੀ ਯੋਜਨਾ ਦਾ ਜਥੇਦਾਰ ਦੇ ਵੱਲੋਂ ਵਿਰੋਧ ਕੀਤਾ ਗਿਆ ਕਿ ਉਸ ਸਾਮੁਖੀ ਨੂੰ ਕੋਰੋਨਾ ਵਾਇਰਸ ਸੰਕਟ ਦੇ ਬਹਾਨੇ ਜੇਲ੍ਹ ਤੋਂ ਬਾਹਰ ਪੈਰੋਲ ਤੇ ਰਿਹਾ ਕਰਨ ਦੀ ਬਣਾਈ ਜਾ ਰਹੀ ਯੋਜਨਾ ਦਾ ਸਖਤ ਵਿਰੋਧ ਕੀਤਾ ਜੀ ਇਸ ਦੇ ਸਬੰਧੀ ਉਹਨਾਂ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਹਰਿਆਣਾ ਸਰਕਾਰ ਵਾਇਰਸ ਦੇ ਬਹਾਨੇ ਡੇਰਾ ਸਰਸਾ ਸਾਧ ਨੂੰ ਪੈਰੋਲ ਤੇ ਰਿਹਾ ਕਰਨ ਦੀ ਯੋਜਨਾ ਬਣਾ ਰਹੀ ਹੈ ਉਹਨਾਂ ਨੇ ਕਿਹਾ ਜੇ ਹਰਿਆਣਾ ਸਰਕਾਰ ਨੇ ਅਜਿਹਾ ਕੀਤਾ ਤਾਂ ਇਹ ਸਿੱਖ ਜਗਤ ਨੂੰ ਉਹ ਕਿਸਾਨ ਅਤੇ ਪੰਜਾਬ ਹਰਿਆਣਾ ਵਿੱਚ ਬਣੇ ਸ਼ਾਂਤੀ ਦੇ ਮਾਹੌਲ ਨੂੰ ਅੱਗ ਲਾਉਣ ਵਾਲੀ ਗੱਲ ਹੋਵੇਗੀ ਸੋ ਵੱਡੀ ਗਿਣਤੀ ਜੀ ਭਾਰਤ ਦੇ ਵਿੱਚ ਤੇਜ਼ੀ ਦੇ ਨਾਲ ਵਧ ਰਹੇ ਨੇ कोरोना ਦੇ ਮਾਮਲੇ ਹੁਣ ਤੱਕ 23000 ਤੱਕ ਪਹੁੰਚੀ ਮਰੀਜ਼ਾਂ ਦੀ ਗਿਣਤੀ ਤੇ ਜਿੰਨਾਂ ਚੋਂ 17610 ਸਰ ਗਰਮ ਕੇਸ ਹਨ ਜਦਕਿ 4748 ਲੋਕਾਂ ਨੂੰ ਛੁੱਟੀ ਮਿਲ ਚੁੱਕੀ ਹੈ ਜੀ ਤੇ ਪਿਛਲੇ 24 ਘੰਟਿਆਂ ਦੌਰਾਨ 37 ਲੋਕਾਂ ਦੀ ਮੌਤ ਹੋ ਗਈ ਤੇ ਹੁਣ ਤੱਕ ਦੇਸ਼ ਦੇ ਵਿੱਚ ਮਰਨ ਵਾਲਿਆਂ ਦੀ ਗਿਣਤੀ 718 ਦੇ ਕਰੀਬ ਹੋ ਚੁੱਕੀ ਹੈ ਜੀ ਫਤਿਹਗੜ੍ਹ ਸਾਹਿਬ ਚ ਕੋਰੋਨਾ ਨੂੰ ਦਿੱਤੀ ਮਾਤ ਦੂਜੀ ਔਰਤ ਦੀ ਰਿਪੋਰਟ ਵੀ ਆਈ ਨੈਗੇਟਿਵ ਸੋ ਜ਼ਿਲ੍ਹੇ ਵਾਸਤੇ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਪੰਜਾਬ ਦੇ ਵਿੱਚੋਂ ਜਿੱਥੇ ਲਗਾਤਾਰ ਕਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ ਉੱਥੇ ਕੁਝ ਲੋਕ ਇਸ ਵਾਇਰਸ ਨੂੰ ਹਰਾਉਣ ਦੀਆਂ ਖਬਰਾਂ ਆਉਣ ਦੇ ਕਾਰਨ ਸੁੱਖ ਦਾ ਸਾਉਂ ਦਾ ਇਸੇ ਤਰ੍ਹਾਂ ਦੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹਾ ਅਰੰਗਾਬਾਦ ਮਹਾਰਾਸ਼ਟਰ ਤੋਂ ਆਈ ਮਹਿਲਾ ਜੋ ਕਿ ਕੁਝ ਸਮਾਂ ਪਹਿਲਾਂ ਪੋਜ਼ਿਟਿਵ ਪਾਈ ਗਈ ਸੀ ਉਸ ਦੀ ਰਿਪੋਰਟ ਹੁਣ ਨੈਗੇਟਿਵ ਆਈ ਹੈ ਇੱਕ ਦਿਨ ਦੇ ਲਈ ਪੀਐਮ ਮੋਦੀ ਨੇ ਖਾਣ ਪੀਣ ਦੇ ਖਰਚੇ ਬਾਰੇ ਜਾਣ ਕੇ ਤੁਸੀਂ ਹੈਰਾਨ ਹੋਵੋਗੇ ਸੋ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਪੀਐਮ ਮੋਦੀ ਦੇ ਖਾਣ ਪੀਣ ਦਾ ਖਰਚਾ ਇੱਕ ਦਿਨ ਦਾ ਜਿਹੜਾ ਜੀ ਉਹ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਮੋਦੀ ਸਾਹਿਬ ਜੀ 3:30 ਮਿੰਟ ਦੇ ਨੀਂ ਆ ਉੱਠਦੇ ਹਨ ਤੇ ਸਾਢੇ 3 ਘੰਟਿਆਂ ਦੀ ਨੀਂਦ ਤੋਂ ਬਾਅਦ ਉਹ ਸਵੇਰੇ ਜਲਦੀ ਉੱਠ ਕੇ ਆਪਣੇ ਕੰਮ ਦੇ ਵਿੱਚ ਰੁੱਝ ਜਾਂਦੇ ਹਨ ਤੇ ਪ੍ਰਧਾਨ ਮੰਤਰੀ ਸਵੇਰੇ 7 ਵਜੇ ਤਿਆਰ ਰਹਿਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜੀ ਉਹਨਾਂ ਦੇ ਸਾਰੇ ਕੰਮ ਅਤੇ ਨਾਸ਼ਤੇ ਤੇ ਬੈਠ ਜਾਣ ਨੂੰ 20 ਮਿੰਟ ਲੱਗਦੇ ਹਨ ਉਹ ਨਾਸ਼ਤੇ ਦੇ ਲਈ ਕੁਝ ਰੋਸ਼ਨੀ ਖਾਣਾ ਪਸੰਦ ਕਰਦੇ ਹਨ ਜਿਵੇਂ ਥੈਪਲਾ ਪੋਹਾ ਜਿਸ ਦੀ ਕੀਮਤ 50-60 ਰੁਪਏ ਤੇ ਟਾਈਮ ਟਿਕੋ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੁਝ ਰੋਸ਼ਨੀ ਭੋਜਨ ਖਾਤੇ ਹੈ ਤੇ ਜੋ ਕਿਹਾ ਹੁੰਦਾ ਹੈ ਕਿ ਉਸ ਦਾ ਪਸੰਦੀਦਾ ਭੋਜਨ ਹੈ ਜੋ ਵੱਧ ਤੋਂ ਵੱਧ 50 ਤੋਂ 60 ਰੁਪਏ ਬਚਿਆ ਹੈ ਤੇ ਰਾਤ ਦੇ ਖਾਣੇ ਬਾਰੇ ਜੀ ਪ੍ਰਧਾਨ ਮੰਤਰੀ ਮੋਦੀ ਰਾਤ ਨੂੰ ਦਾਲ ਰੋਟੀ ਦਹੀਂ ਖਾਣਾ ਪਸੰਦ ਕਰਦੇ ਹਨ ਜਿਸ ਦੀ ਕੀਮਤ 100 ਤੋਂ 200 ਦੇ ਵਿੱਚਕਾਰ ਹੋਵੇਗੀ ਸੋ ਨਰਿੰਦਰ ਮੋਦੀ ਦਾ ਇੱਕ ਦਿਨ ਦੇ ਖਾਣ ਪੀਣ ਦਾ ਖਰਚਾ ਦੀ 500 ਤੋਂ ਲੈ ਕੇ 1000 ਰੁਪਏ ਤੱਕ ਦਾ ਹੈ ਜੋ ਕਿ ਇੱਕ ਪ੍ਰਧਾਨ ਮੰਤਰੀ ਦੇ ਰੁਤਬੇ ਦੇ ਨਾਲੋਂ ਘਟਾ ਹੈ ਸੋ ਦੋਸਤੋ ਇੱਥੇ ਤੁਹਾਡੀ ਕੀ ਰਾਏ ਹੈ ਸਾਨੂੰ ਟਿੱਪਣੀ ਕਰਕੇ ਜਰੂਰ ਦੱਸੋ ਯਾਨੀ ਕਿ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜਲੰਧਰ ਦੇ ਵਿੱਚੋਂ ਇੱਕ ਹੋਰ ਵਿਅਕਤੀ ਆਇਆ ਕਰੋਨਾ ਪੋਜ਼ਿਟਿਵ ਹੁਣ ਤੱਕ 63 ਹੋਈ ਗਿਣਤੀ ਜੀ ਸ਼ੁੱਕਰਵਾਰ ਨੂੰ ਜਲੰਧਰ ਦੇ ਵਿੱਚੋਂ ਇੱਕ ਹੋਰ ਕਰੋਨਾ ਦਾ ਪੋਜ਼ਿਟਿਵ ਮਾਮਲਾ ਸਾਹਮਣੇ ਆਇਆ ਤੇ ਰਾਜਨਗਰ ਬਸਤੀ 바ਵਾ ਖੇਲਦਾ ਰਹਿਣ ਵਾਲਾ ਹੈ ਜਿਸ ਦੇ ਨਾਲ ਜੀ ਹੁਣ ਜਲੰਧਰ ਦੇ ਵਿੱਚ 63 ਟੋਟਲ ਮਰੀਜ਼ਾਂ ਦੀ ਗਿਣਤੀ ਹੋ ਗਈ ਹੈ ਜੀ ਮਤਲ ਆਈਜੀ ਉਮਰਾਂ ਨੰਗਲ ਨੂੰ ਸਰੂਪਾ ਦੇ ਕੇ ਕਸੂਤੇ ਕਿਰੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਲੋਂਗੋਵਾਲ ਨੇ ਕੀਤੀ ਸਖਤ ਕਾਰਵਾਈ ਜੋ ਜਿਹੜੀ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਜੀ ਬਿਆਦਵੀ ਕਾਂਡ ਦੇ ਵਿੱਚ ਪੰਜਾਬ ਪੁਲਿਸ ਦੇ ਮੁਤੱਲ ਆਈਜੀ ਪਰਮਰਾਜ ਸਿੰਘ ਉਮਰਾ ਨੰਗਲ ਨੂੰ ਸਰੋਪਾ ਦੇਣ ਵਾਲੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਕਸੂਤੇ ਕਿਰ ਗਏ ਹਨ ਤਾਂ ਚਫੇਰੀਓ ਆਲੋਚਨਾ ਹੋਣ ਦੇ ਮਗਰੋਂ ਸ਼੍ਰੋਮਣੀ ਕਮੇਟੀ ਨੇ ਸਖਤ ਕਾਰਵਾਈ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਦੇ ਆਦੇਸ਼ ਤੇ ਸ਼੍ਰੀ ਗੁਰੂ ਰਾਮਦਾਸ ਲੰਗਰਕਾਰ ਦੇ ਮੈਨੇਜਰ ਮਨਜਿੰਦਰ ਸਿੰਘ ਅਤੇ ਵਧੀਕ ਮੈਨੇਜਰ ਗੁਰਾ ਸਿੰਘ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸੋ ਦਰਅਸਲ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ ਲੰਗਰ ਰਸਦਾਂ দান ਕਰਨ ਵਾਲੇ ਉਮਰਾ ਲੰਗਰ ਨੂੰ ਸਰੋਪਾ ਦੇ ਕੇ ਸਨਮਾਨਿਤ ਕੀਤਾ ਸੀ ਜਿਸ ਨੂੰ ਲੈ ਕੇ ਇਸ ਮਾਮਲੇ ਤੇ ਵਿਵਾਦ ਖੜਾ ਹੋ ਗਿਆ ਤੇ ਸ਼੍ਰੋਮਣੀ ਕਮੇਟੀ ਦੀ ਕਾਫੀ ਆਲੋਚਨਾ ਹੋ ਰਹੀ ਸੀ। ਇਸ ਤੋਂ ਮਗਰੋਂ ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਘਰ ਦੇ ਮੈਨੇਜਰ ਮਨਜਿੰਦਰ ਸਿੰਘ ਤੇ ਵਧੀਕ ਮੈਨੇਜਰ ਗੁਰਾ ਸਿੰਘ ਦਾ ਇਥੋਂ ਉਤਵਾਦਲਾ ਕਰ ਦਿੱਤਾ ਗਿਆ। ਸੋ ਅੱਜ ਦੁਪਹਿਰੇ ਜਿਹੜਾ মিডিਆ ਨੂੰ ਸੰਬੋਧਨ ਕਰਨਗੇ ਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅੱਜ ਦੁਪਹਿਰ ਵੇਲੇ মিডিਆ ਨੂੰ ਸੰਬੋਧਨ ਕਰਨਗੇ ਤੇ ਇਸ ਦੌਰਾਨ ਉਹ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਪਲਾਜ਼ਮਾ ਇਲਾਜ ਦੇ ਸ਼ੁਰੂਆਤੀ ਨਤੀਜਿਆਂ ਦੇ ਬਾਰੇ ਵੀ মিডিਆ ਨੂੰ ਜਾਣਕਾਰੀ ਦੇਣਗੇ। ਸੋ ਸੈਨਾ ਦੇ ਤਿੰਨ ਜਵਾਨ ਹੋਏ ਕੋਰੋਨਾ ਦਾ ਸ਼ੰਕਰ ਸੰਪਰਕ ਚੋਂ ਆਏ 28 ਜਣੇ ਕਵੈਂਟਰੀਨ ਲਾਕਡਾਊਨ ਦੌਰਾਨ ਸਰਕਾਰੀ ਬੈਂਕਾਂ ਨੇ ਕਰੋੜਾਂ ਗਾਹਕਾਂ ਨੂੰ ਦਿੱਤੀ ਰਾਹਤ ਮੁਫਤ ਚੂ ਇਹ ਸਰਵਸੋ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੇ ਵਿੱਚ ਲਾਕਡਾਊਨ ਕੀਤਾ ਹੋਇਆ ਹੈ ਜਿਸ ਦੇ ਦੌਰਾਨ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਪੰਜਾਬ ਨੈਸ਼ਨਲ ਬੈਂਕ ਨੇ ਆਪਣੇ ਕਰੋੜਾਂ ਗਾਹਕਾਂ ਨੂੰ ਰਾਹਤ ਦਿੱਤੀ ਪੀਐਨਬੀ ਨੇ ਇੰਟਰਨੈਟ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਜਰੀਏ ट्रांजੈਕਸ਼ਨ ਤੇ ਲੱਗਣ ਵਾਲੇ ਆਈਐਮਪੀਐਸ ਚਾਰਜ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਤੇ ਪੀਐਨਬੀ ਦੇ ਵੱਲੋਂ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਸੋ ਉਸ ਤੋਂ ਬਾਅਦ ਜੀ ਪੀਐਮ ਮੋਦੀ ਤੋਂ ਡੇਢ ਗੁਣਾ ਜ਼ਿਆਦਾ ਹੋਈ ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਸੋ ਭਾਰਤੀ ਕ੍ਰਿਕਟ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿਸੇ ਜਾਣ ਪਛਾਣ ਦੀ ਜ਼ਰੂਰਤ ਨਹੀਂ ਜਦੋਂ ਉਹ ਮੈਚ ਖੇਡਦੇ ਹਨ ਤਾਂ ਕੋਈ ਨਾ ਕੋਈ ਰਿਕਾਰਡ ਉਹਨਾਂ ਦੇ ਨਿਸ਼ਾਨੇ ਹੁੰਦਾ ਹੈ ਹਾਲਾਂਕਿ ਇਸ ਵਾਰ ਉਹ ਬਿਨਾਂ ਮੈਚ ਖੇਡੇ ਹੀ ਇੱਕ ਹੋਰ ਉਪਲਬਧੀ ਹਾਸਲ ਕਰ ਗਏ ਹਨ ਕਰਫਿਊ ਦੇ ਕਾਰਨ ਰਾਹ ਚੋਂ اٹਕੇ ਕਸ਼ਮੀਰੀ ਘਰ ਜਾਣ ਦੀ ਲਾ ਰਏ ਹਨ ਗੁਹਾਰ ਤੇ ਭਾਰਤ ਚੋਂ ਵਿਦੇਸ਼ਾਂ ਤੋਂ ਆਉਂਦੇ ਧਨ ਦਾ 23% ਦੀ ਕਮੀ ਆਉਣ ਦੀ ਸੰਭਾਵਨਾ ਵਿਸ਼ਵ ਬੈਂਕ ਤੇ ਕਰੋਨਾ ਦੇ ਖਤਰੇ ਨੂੰ ਲੈ ਕੇ ਜਿਆਦਾ ਗੰਭੀਰ ਹੋਏ ਭਾਰਤੀ ਇੱਕ ਸਰਵੇਖਣ ਚ ਇਹ ਰਿਪੋਰਟ ਸਾਹਮਣੇ ਆਈ ਹੈ ਜੀ ਦਿੱਲੀ ਚੋਂ ਦੋ ਬੱਚਿਆਂ ਸਮੇਤ ਇੱਕੋ ਪਰਿਵਾਰ ਦੇ 11 ਮੈਂਬਰ ਪੋਜ਼ੀਟਿਵ ਤੇ ਡੇਢ ਸਾਲ ਤੱਕ ਨਹੀਂ ਵਧੇਗੀ ਕੇਂਦਰੀ ਮੁਲਾਜ਼ਮਾ ਦਾ ਮੰਗਿਆਈ ਪੱਤਾ ਹੁਣ ਭਾਰਤ ਚੀਨ ਤੋਂ ਨਹੀਂ ਦੱਖਣੀ ਕੋਰੀਆ ਤੋਂ ਸਮਾਨ ਅਸਮਾਨ ਖਰੀਦੇਗਾ ਮੋਦੀ ਸਰਕਾਰ ਦਾ ਫੈਸਲਾ ਜਿਹੜੀ ਵੱਡੀ ਖਬਰ ਆ ਰਹੀ ਹੈ ਜੀ ਮੋਦੀ ਸਰਕਾਰ ਨੇ ਹੁਣ ਫੈਸਲਾ ਲਿਆ ਹੈ ਕਿ ਚੀਨ ਤੋਂ ਕਿੱਟ ਮੰਗੀ ਸੀ ਜਿਸ ਚੀਨ ਨੇ ਨਕਲੀ ਦਿੱਤੀ ਅਤੇ ਭਾਰਤ ਦੇ ਨਾਲ ਧੋਖਾ ਕੀਤਾ ਇਸ ਬਾਰੇ ਮੋਦੀ ਸਰਕਾਰ ਨੇ ਵੱਡਾ ਫੈਸਲਾ ਲਿਆ ਕਿ ਇੱਕ ਹੋਰ ਦੱਖਣੀ ਕੋਰੀਆ ਦੀ ਕੰਪਨੀ ਤੋਂ 5 ਲੱਖ ਕਰੋਨਾ ਟੈਸਟ ਕਿੱਟਾਂ ਖਰੀਦ ਰਿਹਾ ਹੈ ਸੋ ਅਗਲੀ ਖਬਰ ਆ ਰਹੀ ਹੈ ਜੀ 나ਦੇੜ ਸਾਹਿਬ ਚੋਂ ਫਸੇ 300 ਦੇ ਕਰੀਬ ਸ਼ਰਦਾ ਲੋਵਾਂ ਦੀ ਘਰ ਵਾਪਸੀ ਦੇ ਲਈ ਰਵਾਨਾ ਤੇ ਭਾਰਤੀ ਅਰਥਚਾਰੇ ਤੇ ਕਰੋਨਾ ਦੀ ਮਾਰ ਜੀਡੀਪੀ ਦਾ ਗ੍ਰਾਫ ਹੇਠਾਂ ਡਿੱਗਣ ਦੇ ਅਸਾਰ ਜਿਹੜੀ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜੀ ਉਦਯੋਗ ਸੰਗਠਨ ਸੀਆਈਆਈ ਦਾ ਮੰਨਣਾ ਹੈ ਕਿ ਵਾਇਰਸ ਦੇ ਕਾਰਨ ਲਾਗੂ ਲੋਕਡਾਊਨ ਨੇ ਅਰਥ ਵਿਵਸਥਾ ਤੇ ਬੇਹਦ ਮਾੜਾ ਅਸਰ ਪਿਆ ਹੈ ਸਭ ਤੋਂ ਚੰਗੀ ਸਥਿਤੀ ਹੈ ਕਿ ਭਾਰਤ ਦੀ ਆਰਥਿਕ ਵਾਧਾ ਦਰ ਚਾਲੂ ਵਿੱਤੀ ਸਾਲ ਵਿੱਚ 1.5 ਫੀਸ ਦੀ ਰਹਿ ਸਕਦੀ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਦੁਪਹਿਰ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਨਾਲ ਹੋਰ ਵੀ ਦੇਸ਼ ਵਿਦੇਸ਼ ਦੀਆਂ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਹੋਰ ਨਵੇਂ ਤਾਜ਼ਾ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ